14ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਗਵਿੰਦਰ ਪ੍ਰਸਾਦ Tiwari ਨੇ ਬਠਿੰਡਾ ਤੇ ਕੁਝ ਸ਼ਹੀਦਾਂ ਦੇ ਪਰਿਵਾਰਾਂ ਅਤੇ ਵੰਡ ਦੀ ਇਤਰਾਜ਼ ਦੀ ਦੌਰਾਨ ਬੇਕਾਰ ਹੋਣ ਵਾਲੇ ਕੁਝ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਉਨਾ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਗੈਰ ਟੀਚਰ ਸਟਾਫ ਤੇ ਵਿਦਿਆਰਥੀਆਂ ਨਾਲ ਰਲ ਕੇ ਸ਼ਹੀਦ ਅਨੰਦ ਸਿੰਘ ਅਤੇ ਕਾਰਗਿਲ ਦੇ ਸ਼ਹੀਦ ਸੰਦੀਪ ਸਿੰਘ ਦੇ ਬੋਤ ਤੇ ਸ਼ਰਧਾ ਦੇ ਫੁੱਲ ਪੈਂਟ ਕੀਤੇ ਪ੍ਰੋਫੈਸਰ तिवारी ਤੇ ਹੋਰਾਂ ਨੇ ਵਣ ਦੇ ਸ਼ਿਕਾਰ ਸੁਦੇਸ਼ ਰਾਣੀ ਅਤੇ ਜੰਗੀ ਲਾਲ ਦੇ ਪਰਿਵਾਰ ਨਾਲ ਵਿਚਾਰ ਸਾਂਝੇ ਕੀਤੇ